प्यार भरी सत श्री अकाल। मैं प्रिंसदीप सिंह, प्रिंस पंजाबी ट्रैवलर चैनल दे उत्ते थोड़ा स्वागत करदा हां जी। अज आपां पहुंचे होए हां जी उत्तराखंड। उत्तराखंड दे विच धन गुरु नानक साहिब जी दे नाम दे उत्ते बहुत बड़ा सोहना अस्थान जी गुरद्वारा नानक मत्ता साहिब बनिया होया जी। आ जाओ आपां सारे जने रल मिल के जी इस अस्थान दे गुरद्वारा नानक मत्ता साहिब दे दर्शन करदे हां जी। जेकर तुहानूं साडी वीडियो चंगी लगती आ तो वीडियो नूं लाइक एंड शेयर जी अपने रिश्तेदारां दोस्तां मित्रां नाल जरूर करियो जी। आओ चलदे आ हुण आपां जी इस गुरद्वारा साहिब बारे जानदे आ जी। गुरद्वारा साहिब दे विच जी बहुत वड्डा यात्रू निवास भी बनिया होया जी। छेवें पातशाह श्री गुरु हरगोबिंद साहिब जी अते भाई मरदाना जी दे नाम दे उत्ते बहुत वड्डा यात्रू निवास भी इस स्थान दे उत्ते बनिया होया जी। आपां अपनी स्क्रीन दे उत्ते देख सकदे आ जी। यानी रहण दे विच वी कोई भी दिक्कत परेशानी जी आपां नूं इस स्थान दे उत्ते नहीं आउंदी जी। ये दफ्तर आ जी, इस जगह तो आपां अपना रूम बुक करवा सकते हैं, रूम लै सकते हैं जी। जिहड़ा रूम का फेयर आ जी, पखा लग्या होया, तीन बैड ने जी 100 रुपीज़ दे विच जी, ये रूम ने जी मिल जाते ने जी। जेकर तुसीं एसी रूम लेना होवे तां 500 रुपए दे विच जी एसी रूम भी मिल जाता है जी। तुसीं देख सकते हो बहुत बड़े एरिए दे विच जी ये यात्रू निवास बनिया होया जी। इस साइड अपना रूम जी 14 नंबर जी, बैड आ लग्या होया, अटैच वाशरूम आ, 100 रुपीज़ दे विच ये रूम मिल जाते ने जी। बहुत सौखे तरीके नाल जी आपां इस स्थान ते पहुँच सकते हैं। असी ढंडारी तो अपना सफर शुरू किया सी पंजाब तो जी, फिर रुद्रपुर जी, रुद्रपुर तो 24 घंटे बस सर्विस आ जी नानक मत्ता साहिब तक जी। आसानी नाल आपां पहुँच सकते हैं इस जगह दे उत्ते जी। जिंदगी च मौका लग्या तां एक बार जरूर जी इस स्थान दे दर्शन करन आयो जी। ये ऑफिस बनिया होया जी, इस जगह तो आपां अपना रूम बुक कर सकते हैं जी। वाहिगुरु जी का खालसा, वाहिगुरु जी की फतेह। ਇਹ ਨੇ ਜੀ ਗੁਰੂ ਕੇ ਲੰਗਰ, ਜਿੱਥੇ ਆਪਾਂ ਆਪਣੀ ਲੋੜ ਅਨੁਸਾਰ ਪ੍ਰਸ਼ਾਦਾ ਪਾਣੀ ਛਕ ਸਕਦੇ ਹਾਂ। ਜੇਕਰ ਕੋਈ ਹੱਥੀ ਸੇਵਾ ਕਰਨੀ ਹੋਵੇ ਉਹ ਵੀ ਆਪਾਂ ਕਰ ਸਕਦੇ ਹਾਂ। 24 ਘੰਟੇ ਗੁਰੂ ਕੇ ਲੰਗਰ ਵਰਤਦੇ ਨੇ ਜੀ। ਆਪਾਂ ਜੀ ਜਦੋਂ ਲੰਗਰ ਹਾਲ ਦੇ ਵਿੱਚ ਐਂਟਰ ਹੁੰਦੇ ਹਾਂ ਤਾਂ ਦੀਵਾਰਾਂ ਦੇ ਉੱਤੇ ਨਾ ਪੰਕਤੀਆਂ ਲਿਖੀਆਂ ਹੋਈਆਂ ਨੇ, ਤੁਸੀਂ ਪੜ੍ਹ ਸਕਦੇ ਹੋ। ਦੇਵਣ ਹਾਰ ਦਤਾਰ ਕਿਤ ਮੁੱਖ ਸਲਾਈ ਹੈ, ਜਿਸ ਰੱਖੈ ਕਿਰਪਾ ਧਾਰ ਰਿਜਕ ਸਮਾਈ ਹੈ। ਰਜ ਰਜ ਭੋਜਨ ਖਾਵੋ ਮੇਰੇ ਭਾਈ, ਅੰਮ੍ਰਿਤ ਨਾਮ ਹਿਰਦੈ ਮਾਹੇ ਧਿਆਈ, ਨਾਨਕ ਗੁਰਪੂਰੇ ਸਰਨਾਈ, ਜਿਨ ਆਪਣੇ ਨਾਮ ਕੀ ਪੈਜ ਰਖਾਈ। ਜੋ ਪ੍ਰਸਾਦ ਕੋ ਬਾਂਟ ਹੈ ਮਨ ਮੇ ਧਾਰੇ ਲੋਭ, ਕਿਸੇ ਥੋੜ੍ਹਾ ਕਿਸੇ ਅਗਲਾ ਸਦਾ ਰਹੇ ਤੇ ਸੰਸੋਗ। ਇਸ ਤਰ੍ਹਾਂ ਪੰਗਤੀਆਂ ਤੁਸੀਂ ਦੇਖ ਸਕਦੇ ਹੋ, ਦੀਵਾਰਾਂ ਦੇ ਉੱਤੇ ਗੁਰਬਾਣੀ ਉਚਾਰੀ ਹੋਈ ਆ ਜੀ। ਆਪਾਂ ਪ੍ਰਸ਼ਾਦਾ ਛਕਦੇ ਹੋਏ ਜੀ ਗੁਰਬਾਣੀ ਵੀ ਪੜ੍ਹ ਸਕਦੇ ਹਾਂ ਜੀ। ਗੁਰਦੁਆਰਾ ਸਾਹਿਬ ਦੇ ਬਿਲਕੁਲ ਫਰੰਟ ਵਾਲੇ ਪਾਸੇ ਆਪਾਂ ਦੇਖ ਸਕਦੇ ਹਾਂ ਜੀ, ਬਹੁਤ ਵੱਡੀ ਮਾਰਕੀਟ ਬਣੀ ਹੋਈ ਆ, ਜਿਸ ਜਗ੍ਹਾ ਤੋਂ ਆਪਾਂ ਆਪਣੀ ਲੋੜ ਦਾ ਕੋਈ ਵੀ ਸਮਾਨ ਖਰੀਦ ਸਕਦੇ ਹਾਂ ਜੀ। ਅਤੇ ਇੱਕ ਪਾਸੇ ਇਹ ਬਣੀ ਹੋਈ ਆ ਪਾਰਕਿੰਗ ਜੀ, ਫ੍ਰੀ ਦੇ ਵਿੱਚ ਆਪਾਂ ਆਪਣਾ ਵਹੀਕਲ ਇਸ ਜਗ੍ਹਾ ਖੜ੍ਹਾ ਕਰ ਸਕਦੇ ਹਾਂ ਜੀ। ਅਤੇ ਇਹ ਆ ਜੀ ਗੁਰਦੁਆਰਾ ਨਾਨਕ ਮੱਤਾ ਸਾਹਿਬ ਜੀ, ਜਿਸ ਜਗ੍ਹਾ ਸਾਡੀਆਂ ਦੋ ਪਾਤਸ਼ਾਹੀਆਂ ਦੇ ਚਰਨ ਪਏ ਨੇ। ਸਿੱਧਾਂ ਦਾ ਕਬਜ਼ਾ ਸੀ ਇਸ ਧਰਤੀ ਉੱਤੇ ਜੀ, ਸਾਡੇ ਪਾਤਸ਼ਾਹ ਜਦੋਂ ਇਸ ਧਰਤੀ ਦੇ ਉੱਤੇ ਆਏ ਨੇ, ਇਸ ਸਥਾਨ 'ਤੇ ਆਏ ਨੇ, ਤਾਂ ਸਿੱਧਾਂ ਨੇ ਉਹਨਾਂ ਨੂੰ ਕੱਢਣ ਲਈ ਕਈ ਯਤਨ ਕੀਤੇ ਜੀ, ਪਰ ਉਹ ਨਾਕਾਮ ਰਹੇ। ਸਿੱਧਾਂ ਨੇ ਧਰਤੀ ਦੇ ਵਿੱਚ ਇੱਕ ਟੋਇਆ ਪੱਟਿਆ, ਉਹਦੇ ਵਿੱਚ ਬੱਚੇ ਨੂੰ ਬਿਠਾਇਆ ਜੀ। ਉਸ ਭੂਰਾ ਸਾਹਿਬ ਦੇ ਦਰਸ਼ਨ ਕਰਾਂਗੇ, ਉਹ ਭੂਰਾ ਸਾਹਿਬ ਕਿਉਂ ਪੱਟਿਆ ਗਿਆ ਉਹਦੇ ਬਾਰੇ ਜਾਣਾਂਗੇ ਜੀ ਆਪਾਂ। ਹਵਾ ਦੇ ਵਿੱਚ ਇੱਕ ਪਿੱਪਲ ਦਾ ਰੁੱਖ ਸੀ, ਸਾਡੇ ਪਾਤਸ਼ਾਹ ਉਸ ਪਿੱਪਲ ਦੇ ਥੱਲੇ ਬੈਠੇ ਸੀ। ਉਸ ਪਿੱਪਲ ਨੂੰ ਹਵਾ ਦੇ ਵਿੱਚ ਸਿੱਧਾਂ ਨੇ ਉੜਾ ਦਿੱਤਾ ਸੀ। ਸਾਡੇ ਪਾਤਸ਼ਾਹ ਨੇ ਤਕਰੀਬਨ ਜੀ ਧਰਤੀ ਤੋਂ 5 ਤੋਂ 7 ਫੁੱਟ ਉੱਚਾ ਉਸ ਪਿੱਪਲ ਦੇ ਰੁੱਖ ਨੂੰ ਰੋਕਿਆ ਸੀ। ਉਸ ਪਿੱਪਲ ਦੇ ਵੀ ਦਰਸ਼ਨ ਕਰਾਂਗੇ ਜੀ। ਇਸ ਲਈ ਪੂਰੀ ਵੀਡੀਓ ਦੇ ਅੰਤ ਤੱਕ ਸਾਡੇ ਨਾਲ ਬਣੇ ਰਹੋ। ਜੇਕਰ ਵੀਡੀਓ ਚੰਗੀ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਆਪਣੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਕਰਿਓ ਜੀ। ਆਪਾਂ ਆਪਣਾ ਜੋੜਾ ਉਤਾਰ ਕੇ ਜੀ ਚੰਗੀ ਤਰ੍ਹਾਂ ਹੱਥ ਪੈਰ ਧੋ ਕੇ
ਚੱਲਦੇ ਅੰਦਰ ਦਰਸ਼ਨਾਂ ਨੂੰ ਜੀ। ਜੋੜਾ ਆਪਾਂ ਆਪਣਾ ਜਮ੍ਹਾਂ ਕਰਵਾਤਾ ਜੀ, ਆ ਜਾਓ ਹੁਣ ਆਪਾਂ ਚੱਲਦੇ ਅੰਦਰ ਦਰਸ਼ਨਾਂ ਨੂੰ ਜੀ। ਜੇਕਰ ਵੀਡੀਓ ਚੰਗੀ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਆਪਣੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਕਰਿਓ ਜੀ। ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਆ ਜਾਓ ਆਪਾਂ ਚੱਲਦੇ ਹਾਂ ਸਥਾਨ ਦੇ ਅੰਦਰ ਨੂੰ ਜੀ, ਦਰਸ਼ਨ ਕਰਦੇ ਹਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਜੀ। ਸ਼ਲੋਕ ਮਹਲਾ ਤੀਜਾ, ਵਿਣ ਨਾਵ ਹੈ ਸਭ ਭਰਮ ਦੇ, ਨਿਤ ਜਗ ਤੋਟਾਂ ਸੰਸਾਰ, ਮਨਮੁਖ ਕਰਮ ਕਮਾਵਣੇ ਹਮੈ ਅੰਧ ਗੁਬਾਰ। ਇਹ ਆ ਜੀ ਅੱਜ ਦਾ ਹੁਕਮਨਾਮਾ ਸਾਹਿਬ, ਆਪਾਂ ਵੀਡੀਓ ਦੇ ਵਿੱਚ ਪੜ੍ਹ ਸਕਦੇ ਹਾਂ ਜੀ। ਇਹ ਸੋਹਣਾ ਉੱਚਾ ਨਿਸ਼ਾਨ ਸਾਹਿਬ ਜੀ ਇਸ ਜਗ੍ਹਾ ਦੇ ਉੱਤੇ, ਇਸ ਸਥਾਨ ਦੇ ਉੱਤੇ ਝੂਲਦਾ ਹੋਇਆ ਜੀ, ਦੀਵਾਲੀ ਦੇ ਦਿਨਾਂ ਦੇ ਵਿੱਚ ਜੀ 15 ਦਿਨ ਦਾ ਇਸ ਜਗ੍ਹਾ ਦੇ ਉੱਤੇ ਬਹੁਤ ਵੱਡਾ ਮੇਲਾ ਭਰਦਾ ਆ ਜੀ। ਦੂਰੋਂ ਦੂਰੋਂ ਸੰਗਤਾਂ ਜੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਸ ਸਥਾਨ ਦੇ ਉੱਤੇ ਪਹੁੰਚਦੀਆਂ ਨੇ ਜੀ। ਇਹ ਤੁਸੀਂ ਦੇਖ ਸਕਦੇ ਹੋ, ਉਹਦੀਆਂ ਤਿਆਰੀਆਂ ਹੋ ਰਹੀਆਂ ਨੇ, ਰਿਪੇਅਰ ਦਾ ਕੰਮ ਚੱਲ ਰਿਹਾ ਆ। ਮੌਕਾ ਲੱਗਿਆ ਤਾਂ ਇਸ ਵਾਰ ਵੀ ਤੁਸੀਂ ਦੀਵਾਲੀ ਦੇ ਉੱਤੇ ਇਸ ਸਥਾਨ ਦੇ ਉੱਤੇ ਆ ਸਕਦੇ ਹੋ, ਦਰਸ਼ਨ ਕਰ ਸਕਦੇ ਹੋ ਇਸ ਸਥਾਨ ਦੇ ਜੀ। ਬਹੁਤ ਸੋਹਣਾ ਅਤੇ ਵੱਡਾ ਜੀ ਇਹ ਸਥਾਨ ਬਣਿਆ ਹੋਇਆ। ਤੇਰੇ ਨਾਲ ਨਾ